ਇੱਕੋ ਗਲੀ ਚੋਂ ਚੋਰੀ ਹੋਏ 3 ਬੁਲਟ, ਰਾਹ ਦੇ ਹਨੇਰੇ ਚ ਆਏ ਸੀ ਚੋਰ, ਸੀਸੀਟੀਵੀ ਕੈਮਰੇ ਦੇ ਵਿੱਚ ਹੋ ਗਏ ਕੈਦ। ਤਾਂ ਦੱਸਦੇ ਕਿ ਚੋਰਾਂ ਦੇ ਵੱਲੋਂ ਇੱਕੋ ਰਾਤ 3 ਬੁਲਟਾਂ ਨੂੰ ਚੋਰੀ ਕੀਤਾ ਗਿਆ, ਜਿਸ ਤੋਂ ਬਾਅਦ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਵੇਖ ਸਕਦੇ ਹੋ ਕਿਵੇਂ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਇਹ ਚੋਰ ਆਉਂਦੇ ਨੇ ਤੇ 3 ਬੁਲਟਾਂ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸਦੇ ਕਿ ਮਾਮਲਾ ਮੋਹਾਲੀ ਦੇ 9 ਫੇਸ ਦਾ, ਜਿੱਥੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਸਦਾ ਬੁਲਟ ਜਿਹੜਾ ਕਿ ਗਲੀ ਦੇ ਵਿੱਚ ਖੜਾ ਸੀ ਤਾਂ ਰਾਤ ਦੇ ਹਨੇਰੇ ਦੇ ਵਿੱਚ ਚੋਰਾਂ ਦੇ ਵੱਲੋਂ ਚੋਰੀ ਕਰ ਲਿਆ ਗਿਆ, ਜਿਸ ਤੋਂ ਬਾਅਦ ਉਸਨੇ ਇਸ ਸੰਬੰਧੀ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਸੇ ਗਲੀ ਦੇ ਵਿੱਚੋਂ 2 ਬੁਲਟ ਹੋਰ ਵੀ ਚੋਰੀ ਹੋਏ ਨੇ, ਜਿਸ ਦੇ ਵਿੱਚ ਇੱਕ ਜਸ਼ਨਦੀਪ ਸਿੰਘ ਫਿਰੋਜ਼ਪੁਰ ਦਾ ਰਹਿਣ ਵਾਲਾ ਉਸਦਾ ਹੋਇਆ, ਜਦਕਿ ਤੀਸਰਾ ਸਤਨਾਮ ਸਿੰਘ ਦਾ ਹੋਇਆ। ਤਾਂ 3 ਬੁਲਟ ਇੱਕੋ ਗਲੀ ਦੇ ਵਿੱਚੋਂ ਚੋਰੀ ਹੋਏ ਨੇ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਨਾਮ ਗੁਰਦੀਪ ਸਿੰਘ ਹੈ ਜੀ, ਅਤੇ ਮੇਰਾ ਮੋਹਾਲੀ 9 ਫੇਸ ਤੋਂ ਬੁਲਟ ਚੋਰੀ ਹੋਇਆ, ਜਿਹਦਾ ਨੰਬਰ PB12AC5090 ਹੈ, ਅਤੇ ਮੈਂ ਪੁਲਿਸ ਥਾਣੇ 8 ਫੇਸ ਵਿੱਚ ਰਿਪੋਰਟ ਵੀ ਦਰਜ ਕਰਵਾਈ ਹੈ, ਅਤੇ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਵੀ ਉੱਥੋਂ 3 ਬੁਲਟ ਚੋਰੀ ਹੋਏ ਨੇ ਸੇਮ ਗਲੀ 'ਚੋਂ ਸਾਡੇ ਵਾਲੇ ਤੋਂ, ਅਤੇ ਪੁਲਿਸ ਵੱਲੋਂ ਅਜੇ ਕੋਈ ਖਾਸ ਕਾਰਵਾਈ ਕੀਤੀ ਨਹੀਂ ਗਈ, ਅਤੇ ਮੈਂ ਪੁਲਿਸ ਨੂੰ ਇਹੀ ਅਪੀਲ ਕਰਾਂਗਾ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਨ ਫਿਊਚਰ ਕਿਸੇ ਹੋਰ ਨਾਲ ਐਵੇਂ ਨਾ ਹੋਵੇ ਕਿ ਚੋਰ ਇਹੋ ਜਿਹੀ ਕਾਰਵਾਈ ਕਰਨ ਤੋਂ ਪਹਿਲਾਂ ਸੋਚਣ। ਸੋ ਪ੍ਰਸ਼ਾਸਨ ਤੋਂ ਹੀ ਮੰਗ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇ। ਇੱਕੋ ਗਲੀ ਚੋਂ ਚੋਰੀ ਹੋਏ 3 ਬੁਲਟ, ਰਾਹ ਦੇ ਹਨੇਰੇ ਚ ਆਏ ਸੀ ਚੋਰ, ਸੀਸੀਟੀਵੀ ਕੈਮਰੇ ਦੇ ਵਿੱਚ ਹੋ ਗਏ ਕੈਦ। ਤਾਂ ਦੱਸਦੇ ਕਿ ਚੋਰਾਂ ਦੇ ਵੱਲੋਂ ਇੱਕੋ ਰਾਤ 3 ਬੁਲਟਾਂ ਨੂੰ ਚੋਰੀ ਕੀਤਾ ਗਿਆ, ਜਿਸ ਤੋਂ ਬਾਅਦ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ। ਤਾਂ ਵੇਖ ਸਕਦੇ ਹੋ ਕਿਵੇਂ ਰਾਤ ਦੇ ਹਨੇਰੇ ਦਾ ਫਾਇਦਾ ਚੁੱਕ ਕੇ ਇਹ ਚੋਰ ਆਉਂਦੇ ਨੇ ਤੇ 3 ਬੁਲਟਾਂ ਨੂੰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਦੱਸਦੇ ਕਿ ਮਾਮਲਾ ਮੋਹਾਲੀ ਦੇ 9 ਫੇਸ ਦਾ, ਜਿੱਥੇ ਗੁਰਦੀਪ ਸਿੰਘ ਨੇ ਦੱਸਿਆ ਕਿ ਉਸਦਾ ਬੁਲਟ ਜਿਹੜਾ ਕਿ ਗਲੀ ਦੇ ਵਿੱਚ ਖੜਾ ਸੀ ਤਾਂ ਰਾਤ ਦੇ ਹਨੇਰੇ ਦੇ ਵਿੱਚ ਚੋਰਾਂ ਦੇ ਵੱਲੋਂ ਚੋਰੀ ਕਰ ਲਿਆ ਗਿਆ, ਜਿਸ ਤੋਂ ਬਾਅਦ ਉਸਨੇ ਇਸ ਸੰਬੰਧੀ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਤੇ ਪੁਲਿਸ ਦੇ ਵੱਲੋਂ ਵੀ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਤਾਂ ਨਾਲ ਹੀ ਉਹਨਾਂ ਨੇ ਦੱਸਿਆ ਕਿ ਉਸੇ ਗਲੀ ਦੇ ਵਿੱਚੋਂ 2 ਬੁਲਟ ਹੋਰ ਵੀ ਚੋਰੀ ਹੋਏ ਨੇ, ਜਿਸ ਦੇ ਵਿੱਚ ਇੱਕ ਜਸ਼ਨਦੀਪ ਸਿੰਘ ਫਿਰੋਜ਼ਪੁਰ ਦਾ ਰਹਿਣ ਵਾਲਾ ਉਸਦਾ ਹੋਇਆ, ਜਦਕਿ ਤੀਸਰਾ ਸਤਨਾਮ ਸਿੰਘ ਦਾ ਹੋਇਆ। ਤਾਂ 3 ਬੁਲਟ ਇੱਕੋ ਗਲੀ ਦੇ ਵਿੱਚੋਂ ਚੋਰੀ ਹੋਏ ਨੇ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੁਣ ਕਾਰਵਾਈ ਕੀਤੀ ਜਾ ਰਹੀ ਹੈ। ਮੇਰਾ ਨਾਮ ਗੁਰਦੀਪ ਸਿੰਘ ਹੈ ਜੀ, ਅਤੇ ਮੇਰਾ ਮੋਹਾਲੀ 9 ਫੇਸ ਤੋਂ ਬੁਲਟ ਚੋਰੀ ਹੋਇਆ, ਜਿਹਦਾ ਨੰਬਰ PB12AC5090 ਹੈ, ਅਤੇ ਮੈਂ ਪੁਲਿਸ ਥਾਣੇ 8 ਫੇਸ ਵਿੱਚ ਰਿਪੋਰਟ ਵੀ ਦਰਜ ਕਰਵਾਈ ਹੈ, ਅਤੇ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਵੀ ਉੱਥੋਂ 3 ਬੁਲਟ ਚੋਰੀ ਹੋਏ ਨੇ ਸੇਮ ਗਲੀ 'ਚੋਂ ਸਾਡੇ ਵਾਲੇ ਤੋਂ, ਅਤੇ ਪੁਲਿਸ ਵੱਲੋਂ ਅਜੇ ਕੋਈ ਖਾਸ ਕਾਰਵਾਈ ਕੀਤੀ ਨਹੀਂ ਗਈ, ਅਤੇ ਮੈਂ ਪੁਲਿਸ ਨੂੰ ਇਹੀ ਅਪੀਲ ਕਰਾਂਗਾ ਕਿ ਜਲਦੀ ਤੋਂ ਜਲਦੀ ਕਾਰਵਾਈ ਕੀਤੀ ਜਾਵੇ ਤਾਂ ਜੋ ਇਨ ਫਿਊਚਰ ਕਿਸੇ ਹੋਰ ਨਾਲ ਐਵੇਂ ਨਾ ਹੋਵੇ ਕਿ ਚੋਰ ਇਹੋ ਜਿਹੀ ਕਾਰਵਾਈ ਕਰਨ ਤੋਂ ਪਹਿਲਾਂ ਸੋਚਣ। ਸੋ ਪ੍ਰਸ਼ਾਸਨ ਤੋਂ ਹੀ ਮੰਗ ਹੈ ਕਿ ਬਣਦੀ ਕਾਰਵਾਈ ਕੀਤੀ ਜਾਵੇ।